क्यों ये वक्री कोई फीलिंग आ दर्शकों चला। हाँ जी, सत श्री अकाल जी सारिया। अज फिर खास ट्रैक्टर तुम वेख ही लिया। मैं कहना भी पंजा छिया चीज़ों का मशीनरिया पांच छे मशीनरिया का समान समून इधरों उधरों करके तैयार होया ते बड़ा खास ट्रैक्टर आ ते ना इहदा धरता वा सन ऑफ हिंदुस्तान। अज असी मोगे दे विच आ, मोगे दे नाल पिंड पैंदा दुन्नेके। सरदार इकपाल सिंह जी होणगे आई टी आई मोगे दे विच पढ़ाउंदे भी रहे ने ते उह रिटायरमेंट तो बाद उन्होंने आम कह दिंदे वी मन दे दा मन शैतान दा घर हुंदा वेला मन ते इन्हां ने वेले समें दे विच आ तैयार कर लिया ते कमाल दी चीज़ आ ते बड़ी नज़ारे वाली चीज़ आ। तो मैं सी ना रोड उत्तों इधर गेड़ा देख के आए तो लोग खड़ खड़ वेखते सी जिन्हों कहते ना भी खड़ खड़ देखना उ ने गल सच्ची करती। तो आप ना गलबात करते हैं नाले पहुँचते हैं भाई जी समान फिट किड़ा किया। तो अज गलबात करते हैं आप। सर स्वागत है जी तुहाडा। सत श्री अकाल जी। सत श्री अकाल जी। तो सर ये फिर किड़ियां आइटम फिट करती हैं ये छे गड्डियां का समान है जी। अच्छा, जिहड़ा फ्रंट आ फ्रंट मतलब फ्रंट एक्सल आ जिहड़ा। हाँ जी, ये चैनल दा मैं सारा चैसी बनाई है आप खुद करे। अच्छा, पहला चैसी बनाई है फिर एदा हिस्सा लाया मूरला जी। फ्रंट आ जिहड़ा एदा सारा कॉयलस दा समान है। सारा कॉयलस गड्डी हुंदी सी, कॉयलस हुंदी सी पुरानी हो गई। हां जी, जिहड़ा मतलब आ मटेरियल सारा कॉयलस दा। हां, कॉयलस दा सारा। ठीक आ। उस तों बाद चैसी दे नाल इंजन मैं लिया हैगा जियो महिंद्रा दा। हां, पुंडी दी जिहड़ी। हां जी, जियो महिंद्रा। हां जी, उस तों बाद मैं पुली वगैरा लगा के क्लच लाया है मरुती का। क्लच मरुती का। हाँ जी, मरुति। उस तो बाद स्टेयरिंग आ जाता है, ये मैं जीप का लाया है। मरुती का लगे। हाँ, स्टेयरिंग कला व्हील मरुती का जिहड़ा थले सिस्टम आ जिहड़ा सिस्टम है जीप का। आ जीप का। हाँ जी, हाँ जी, ठीक है। तो गेयरबॉक्स भी यदा जीप का ही है। गेयरबॉक्स भी जीप का। हाँ जी, इन आइटम का मिलान किमें किमें संभव होया? गेयरबॉक्स जीप का तो चक्कर का तालमेल वो मैं टैक्निकल बंदा मैं सब कुछ कर लिना। दो साल चूड़ चक दो साल मोगे। उस तो बाद 25 साल मैं डीजल मकैनिक पढ़ाया जी। डीजल मकैनिक दे तौर ते। ठीक है जी। ते 12-10 साल 8-9 साल मैं अप्रेंटिस जेड़े बच्चे कर गए आईटीआई जी ਉਹਨਾਂ ਨੂੰ ਮੈਂ ਫਿਰ ਇੱਧਰ ਨੈਸਲੇ ਭੇਜਤਾ ਜਾਂ ਅਪ੍ਰੈਂਟਿਸ ਤੇ ਭੇਜਦਾ ਉਹ ਮੇਰੀ ਜ਼ਿੰਮੇਵਾਰੀ ਸਾਰੀ। ਠੀਕ ਹੈ ਜੀ। ਤੇ ਹੁਣ ਤੁਸੀਂ ਰਿਟਾਇਰ ਤਕਰੀਬਨ ਹੋ ਗਏ, ਦੱਸਿਆ ਵੀ 8-9 ਮਹੀਨੇ ਹੋ ਗਏ ਹੈ ਨਾ? 9 ਮਹੀਨੇ ਹੋ ਗਏ ਜੀ। ਤੇ 9 ਮਹੀਨਿਆਂ 'ਚ ਫਿਰ ਤੁਸੀਂ ਕੀ ਸਮਾਨ ਦੇ ਵਿੱਚ ਆਇਆ ਭਾਈ ਆਪਾਂ ਕੀ ਕਰੀਏ? ਕਿਉਂਕਿ ਇੱਕ ਤਾਂ ਬੰਦਾ ਉਹੀ ਹੁੰਦਾ ਯਾਰ ਫ੍ਰੀ ਹੋ ਗਿਆ ਹੁਣ ਪੈ ਰਹਿ ਕਰਕੇ ਮੰਨ। ਨਹੀਂ, ਮੈਂ ਮਤਲਬ ਇਹੋ ਜਿਹਾ ਬੰਦਾ ਕਿਉਂਕਿ ਅੱਜ ਕੱਲ੍ਹ ਜਿਹੜੀ ਪਨੀਰੀ ਹੈ ਸਾਡੇ ਵੀ ਹੈਗੇ ਆ, ਚਲੋ ਅਸੀਂ ਨਹੀਂ ਕਹਿਣਾ ਚਾਹੁੰਦੇ ਵੀ ਉਹ ਟੈਕਨੀਕਲ ਕੰਮ ਨਹੀਂ ਜਾਣਦੇ, ਜਿਹੜਾ ਪ੍ਰੈਕਟੀਕਲੀ ਆ ਉਹ ਉਹਨਾਂ ਦਾ ਹੈ ਨੀਗਾ ਕਿਉਂਕਿ ਉਹ ਵਰਕਸ਼ਾਪ ਦੇ ਵਿੱਚ ਲੱਗੇ ਨਹੀਂ। ਮੈਂ ਆਪਦੀ ਵਰਕਸ਼ਾਪ ਰਹੀ ਗਿਆ, ਸਾਰਾ ਕੰਮ ਮੈਂ ਕਿਸੇ ਕਿਸਮ ਦਾ ਹੋਵੇ ਇੰਜਣ ਸਾਰਾ ਕਰ ਲੈਂਦਾ, ਕੋਈ ਵੀ ਛੱਡਿਆ ਨਹੀਂ, ਕੋਈ ਗੇਅਰ ਵਾਸ਼ਿੰਗ ਛੱਡਿਆ, ਕੋਈ ਲਿਫਟ ਦਾ ਕੰਮ ਨਹੀਂ ਛੱਡਿਆ, ਕੁਛ ਨਹੀਂ ਛੱਡਿਆ। ਇਹਦੇ ਲੈਫਟ ਵਗੈਰਾ ਲਾਈ ਹੈ? ਨਹੀਂ, ਲੈਫਟ ਨਹੀਂ ਲਾਈ ਹਜੇ, ਮੈਂ ਲਾ ਰਿਹਾ ਜੀ। ਇਹ ਹੁਣ ਇਹ 'ਚ ਹੋਰ ਕਿਹੜੀਆਂ ਸੋਧਾਂ ਸਾਨੂੰ ਆਉਣ ਵਾਲੇ ਸਮੇਂ 'ਚ ਮਿਲ ਜਾਣਗੀਆਂ ਦੇਖਣ ਨੂੰ? ਇਹਦੇ ਵਿੱਚ ਇੱਕ ਤਾਂ ਮੈਂ ਇਹਦਾ ਨਾ ਥੋੜ੍ਹਾ ਜਿਹਾ ਇੰਜਨ ਥੱਲੇ ਕਰਕੇ ਡਾਇਰੈਕਟ ਕਰਨਾ ਇਹਦਾ। ਅੱਛਾ, ਔਰ ਬੈਲਟਾਂ ਲਾ ਦੇਣੀਆਂ। ਅਤੇ ਇੱਕ ਮੈਂ ਇਹਦੇ ਲਿਫਟ ਦਾ ਪ੍ਰਬੰਧ ਕਰਨਾ। ਠੀਕ ਆ, ਇਹ ਚੱਲ ਲੱਗੇ ਰਹੋਗੇ ਇਹਦੇ? ਹਾਂ, ਇਹ ਜਿੰਨੇ ਚ ਕੰਪਲੀਟ ਹੁੰਦਾ ਉਹਨਾਂ ਚਿਰ ਲੱਗੇ ਰਹਿਣਾ। ਇਹ ਮੈਂ ਕਹਿੰਦਾ ਵੀ ਤੁਹਾਡੀ ਲਈ ਇੱਕ ਚੰਗੀ ਖੇਡ ਲੱਭ ਗਈ ਤੁਹਾਨੂੰ। ਹਾਂਜੀ, 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 ਵਧੀਆ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬੰਦੇ ਨੂੰ ਔਕਾ ਦਿੰਦੀਆਂ, ਪਰ ਜਦੋਂ ਤੁਸੀਂ ਕ੍ਰੀਏਟਿਵ ਕੁਛ ਕਰਦੇ ਹੋ ਉਹ ਕ੍ਰੀਏਟਿਵ ਬੰਦਾ ਵੀ ਉਹ ਆਖਦਾ ਨਹੀਂ ਜ਼ਿੰਦਗੀ ਤੋਂ, ਹੈ ਨਾ ਜੀ? ਤੁਹਾਡੀ ਜ਼ਿੰਦਗੀ 'ਚ ਇੱਕ ਰੌਚਕਤਾ ਬਣੀ ਰਹੂਗੀ। ਹਾਂ, ਮੜਗਾੜ ਵੀ ਮੈਂ ਆਪ ਹੀ ਘਰੇ ਬਣਾਏ ਆ, ਵੈਲਡਿੰਗ ਵੀ ਲੋਹਾ ਕੁੱਟ ਕੁੱਟ ਕੇ ਵੈਲਡਿੰਗ ਵੀ ਮੈਨੂੰ ਆਉਂਦਾ। ਅੱਛਾ ਜੀ, ਵੈਲਡਿੰਗ ਵੀ ਕਰ ਲੈਣਾ, ਆ ਸ਼ੋਅ ਵੀ ਮੈਂ ਆਪ ਬਣਾਈ ਆ। ਆਹ ਗੇਅਰ ਹੋ ਗਿਆ ਹੈ ਨਾ? ਹਾਂਜੀ, ਗੇਅਰ ਬਸ। ਤੇ ਆਹ ਇਹ ਕਲੱਚ ਆ ਜੀ, ਕਲੱਚ, ਬ੍ਰੇਕ, ਇਹ ਬ੍ਰੇਕ ਸਿਸਟਮ। ਤੇ ਆਹ ਇਹ ਪੈਰ ਰੇਸ, ਪੈਰ ਵਾਲੀ ਰੇਸ। ਤੇ ਹੱਥ ਵਾਲੀ ਨਹੀਂ ਦਿੱਤੀ ਹੈ ਨਾ? ਨਹੀਂ, ਹੱਥ ਵਾਲੀ ਨਹੀਂ, ਪੈਰ ਵਾਲੀ ਹੈ। ਪੈਰ ਵਾਲੀ ਰੇਸ ਕਰਤੀ, ਠੀਕ ਹੈ, ਕੀਤਾ ਇਹਦਾ ਚੰਗਾ। ਤੇ ਸ਼ੱਕਰ ਸ਼ੁਕਰ ਨਹੀਂ ਲਾਏ ਇਹਦੇ? ਨਹੀਂ, ਸ਼ੱਕਰ ਨਹੀਂ, ਅਸੀਂ ਦੂਜਾ ਸਿੱਧਾ ਹੀ ਆ, ਸਿੱਧਾ ਹੀ ਆ ਟਰੈਕਟਰ ਵਾਂਗੂ ਹੀ ਆ। ਠੀਕ, ਉਹ ਜੀ ਮੈਂ ਕਿਹਾ ਤੁਸੀਂ ਇਹਦੀ ਸ਼ੇਪ ਦੇ ਵਿੱਚ ਇਹਦੇ ਸਟਰਕਚਰ ਉਤਲੇ ਢਾਂਚੇ ਦੇ ਵੀ ਮੈਂ ਕਹਿੰਦਾ ਕੰਮ ਕਰੋਗੇ ਹਜੇ, ਕਿਉਂਕਿ ਇਹੀ ਰਹੂਗਾ ਡਿਜ਼ਾਈਨ ਇਹਦਾ? ਨਹੀਂ, ਡਿਜ਼ਾਈਨ ਤਾਂ ਇਹੀ ਹੈ ਬਸ, ਹੋਰ ਤਾਂ ਕੀ ਚੇਂਜ ਕਰਨਾ ਇਹਦੇ 'ਚ? ਅੱਛਾ, ਕਈ ਵਾਰੀ ਆਉਂਦਾ ਨਾ ਮਾਂ ਜੀ ਨੂੰ ਆਪਾਂ ਵੱਖਰੀ ਸ਼ੇਪ ਕਰ ਲਈਏ ਕਈ। ਤੇ ਲਾਈਟਾਂ ਵਗੈਰਾ ਸੈਲਫ ਆ ਜਾਂ ਕਿਵੇਂ ਇਹ? ਸੈਲਫ ਦੀ ਜੇ ਮਿਲੀ ਨਹੀਂ ਮੈਨੂੰ। ਅੱਛਾ, ਵੈਸੇ ਇਹਦੇ ਵਿੱਚ ਅਲਟਰਨੇਟਰ ਲੱਗਾ ਹੋਇਆ ਹੀ ਹੈ।
ਠੀਕ ਆ ਉਹ ਜੇ ਲਾਉਣ ਲਾਈਟ ਚੋਣੀ ਉਹ ਜਗ ਜਗ ਜਾਂਦੀ ਲਾਈਟ ਜਗ ਪੈਂਦੀ ਹੈ ਵਿੱਚੇ ਇਹਦੇ ਆਲਟਰਨੇਟਰ ਇਹਦਾ ਤੁਸੀਂ ਮਤਲਬ ਸ਼ੌਂਕੀਆ ਤੌਰ ਤੇ ਆਪਦੇ ਲਈ ਇੱਕ ਮਾਡਲ ਜਿਹਾ ਤਿਆਰ ਕਰਾ ਲਿਆ ਨਾ ਮਾਡਲ ਹੀ ਕੀਤਾ ਤੇ ਬਾਗਬਾਨੀ ਵਾਲੇ ਲਈ ਬੰਦੇ ਲਈ ਵਧੀਆ ਕੰਮ ਹੈ ਕਹਿੰਦਾ ਇਹ ਬਹੁਤ ਵਧੀਆ ਜੀ ਇਹ ਜਿਹਨੇ ਛੋਟੇ ਮੋਟੇ ਕੰਮ ਲੈਣੇ ਆ ਇਹਦੇ ਨਾਲ ਵਧੀਆ ਲੈ ਜਾ ਸਕਦੇ ਇੱਕ ਮੈਂ ਕਹਿੰਦਾ ਸੋਨੂੰ ਮੌਜ ਆ ਮੁੱਗ ਵਾਲੇ ਕਬਾੜ ਖਾਨੇ ਦੀ ਬਹੁਤ ਆ ਹਾਂਜੀ ਹਾਂਜੀ ਮੈਂ ਕਹਿੰਦਾ ਇੱਥੋਂ ਚੱਕਦੇ ਹੋਗੇ ਸਕੂਟਰੀ ਤੁਸੀਂ ਤੇ ਉੱਥੇ ਜਾ ਖੜਦੇ ਹੋਗੇ ਹੈਨਾ ਹਾਂਜੀ ਹਾਂਜੀ ਬਿਜ ਲੈ ਕੇ ਉੱਥੋਂ ਮੋਗਿਓ ਨਹੀਂ ਤਾਂ ਬੰਦਾ ਤਾਂ ਬਹੁਤ ਪਜ਼ਲ ਹੋ ਜਾਂਦਾ ਹਾਂਜੀ 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 ਤੇ ਬੜੀ ਕਮਾਲ ਦੀ ਚੀਜ਼ ਆ ਕਿ ਮੈਨੂੰ ਸਾਰੇ ਤਕਰੀਬਨ ਜਿੰਨੇ ਗ੍ਰੈਂਡਰ ਵਾਲੇ ਆ ਜਿੰਨੇ ਸਾਰੇ ਆ ਸਾਰੇ ਵਰਕਸ਼ਾਪ ਬਣੇ ਮੇਰੀ ਜਾਣ ਪਛਾਣ ਹੈਗੀ ਆ ਬਿਲਕੁਲ ਕਿਉਂਕਿ ਮੈਂ ਪਹਿਲਾਂ ਕੰਮ ਕਰਦਾ ਰਿਹਾ ਹਰੇਕ ਮੈਨੂੰ ਜਾਣਦਾ ਹਰੇਕ ਜਾਣਦਾ ਤੇ ਸਟੂਡੈਂਟ ਹੀ ਤੁਹਾਡੇ ਲੋੜੇ ਦੇ ਹੋਣਗੇ ਮੈਂ ਕਹਿੰਦਾ ਬਹੁਤ ਸਟੂਡੈਂਟ 32 ਸਾਲ ਦਾ ਤਜਰਬਾ ਜੀ ਬਹੁਤ ਹੋ ਜਾਂਦਾ ਬਹੁਤ ਮੁੰਡੇ ਬਾਹਰ ਵੀ ਗਏ ਆ ਇੱਧਰ ਉੱਧਰ ਫੈਕਟਰੀਆਂ ਫੁਟਰੀਆਂ ਜੀ ਲੱਗੇ ਆ ਸਾਰੇ ਨੈਸਲੇ ਜੀ ਬੱਚੇ ਕਾਫੀ ਲੱਗੇ ਹਾਂ ਕਿਸੇ ਸਮੇਂ ਨਾ ਮੁੱਗੇ ਆਈਟੀਆਈ ਦੀ ਚੜ੍ਹਾਈ ਬਹੁਤ ਵੱਡੇ ਲੈਵਲ ਤੇ ਹੁੰਦੀ ਜਿਵੇਂ ਹੁਣ ਆਈਲੈਟਸ ਦਾ ਕਰੇਜ ਆ ਹਾਂਜੀ ਹਾਂਜੀ ਉਸ ਹਿਸਾਬ ਤੇ ਇਹਦੀ ਹੁੰਦੀ ਸੀ ਸੀਟ ਮਿਲਣ ਲਈ ਇੱਕ ਸਿਫਾਰਿਸ਼ਾਂ ਤੁਹਾਡੇ ਕੋਲ ਵੀ ਆਉਂਦੀਆਂ ਹੋਣਗੀਆਂ ਬਹੁਤ ਬਹੁਤ ਹਾਂਜੀ ਸੀਟ ਦਵਾ ਦਿਓ ਭਾਈ ਤੇ ਬਹੁਤ ਵੱਡੀ ਪ੍ਰਾਪਤੀ ਮੰਨੀ ਜਾਂਦੀ ਸੀ ਹਾਂ ਜਿਹੜੇ ਜਿਵੇਂ ਹੁੰਦੇ ਸੀ ਨਾ ਅੱਗੇ ਦਾ ਮੁੰਡੇ ਜਿਹੜੇ ਵੱਧ ਨੰਬਰਾਂ ਵਾਲੇ ਸੀ ਉਹਦੇ ਬੱਚੇ ਆ ਉਸ ਵਿੱਚ ਸੀਟ ਲੈਣ ਦੇ ਮਾਰੇ ਉਹਦੇ ਸਰਟੀਫਿਕੇਟ ਲੈ ਕੇ ਭੱਜ ਜਾਂਦੇ ਸੀ ਇਹ ਵੀ ਬਜਾਏ ਨੇ ਸਾਡੇ ਅੱਛਾ ਇਹ ਕੁਛ ਵੀ ਰਿਹਾ ਕੋਈ ਤਜਰਬਾ ਹੋਵੇ ਕਿ ਹੁਣ ਕਿਵੇਂ ਹੈ ਮਾਹੌਲ ਉੱਥੇ ਦਾ ਹੁਣ ਤਾਂ ਕਿਉਂਕਿ ਮਤਲਬ ਐਡਮਿਸ਼ਨ ਹੀ ਘੱਟ ਹੁੰਦੀ ਆ ਕਿਉਂਕਿ ਬੱਚੇ ਬਾਹਰ ਜਾਈ ਜਾਂਦੇ ਆ ਹਾਂਜੀ ਹਾਂਜੀ ਪਲੱਸ 2 ਕਰਕੇ ਬਾਹਰ ਨੂੰ ਭੱਜੇ ਜਾਂਦੇ ਆ ਕ੍ਰੀਏਟਿਵ ਕਿਤਨਾ ਕਿ ਕ੍ਰੀਏਟੀਵਿਟੀ ਉਹ ਘਟ ਗਈ ਹੈ ਨਾ ਜੀ ਹਾਂਜੀ ਹਾਂਜੀ ਸਿਰਫ ਇੱਕੋ ਚੀਜ਼ ਹੀ ਆ ਵੀ ਆਪਾਂ ਭਾਈ ਬਾਹਰ ਜਾਣਾ ਬਾਹਰ ਜਾਣਾ ਚੰਗੀ ਗੱਲ ਆ ਜਾਣਾ ਬਾਹਰ ਪਰ ਗੱਲ ਇਉਂ ਆ ਵੀ ਕਿਤੇ ਕੁਛ ਨਾ ਕ੍ਰੀਏਟਿਵ ਜਿਹਾ ਬਣ ਕੇ ਜਾਣਾ ਕੁਛ ਵੱਖਰੀ ਗੱਲ ਹੈ ਹਾਂਜੀ ਹਾਂਜੀ ਤੇ ਫਿਰ ਆਹ ਸਲੰਸਰ ਇੱਧਰ ਲਾਤਾ ਜੀ ਇਹਦਾ ਹੈ ਨਾ ਹਾਂਜੀ ਹਾਂਜੀ ਠੀਕ 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 ਤੇ ਆਹ ਕਾਹਦੀ ਲਾਈ ਆ ਹੈ ਇਹ ਵੀ ਕੋਇਲਸ ਦੇ ਲਾ ਕੇ ਲਾਏ ਹੋਏ ਆ ਕਿ ਇਹਦੇ ਨਾਲ ਨਾ ਵਬਲਿੰਗ ਨਹੀਂ ਕਰਦੇ ਟਾਇਰ ਤੇ ਇਹ ਸਟਾਰਟ ਕਰ ਗਏ ਮੜਾ ਜਾਇ ਤੋ ਆਜੋ ਦਰਸ਼ਕੋ ਆਪਾਂ ਹੁਣ ਸਟਾਰਟ ਕਰ ਗਏ ਇਹਨੂੰ ਰੱਸੀ ਨਾਲ ਹੀ ਹੋਊਗਾ ਇਹ ਰੱਸੀ ਨਾਲ ਹੀ ਹੋਣਾ ਖਿਲਹਾਲ ਅਜੇ ਕੰਮ ਚੱਲਦਾ ਚੱਲਦੇ ਕੰਮ 'ਚ ਆਪਾਂ ਵੀਡੀਓ ਬਣਾਤੀ ਇਹਦੀ ਇਦੂ ਗਾਂ ਜੋ ਵੀ ਹੋਊਗਾ ਪ੍ਰੋਸੈਸ ਆਪਾਂ ਉਹ ਵੀ ਵਿਖਾਵਾਂਗੇ ਅਜੇ ਪਾ ਕੇ ਰੱਸੀ ਇਹ ਤਾਂ ਫਿਰ ਜਿਵੇਂ ਆਟੋ ਹੋਣਾ ਸਟਾਰਟ ਹੁੰਦਾ ਬਸ ਉਹੀ ਆ ਇਹਦੀ ਵੱਖਰੀ ਕੋਈ ਫੀਲਿੰਗ ਆ ਦਰਸ਼ਕੋ ਇਹਦੀ ਚਲਾਉਣ ਦੀ ਦਰਸ਼ਕੋ
ਸੋ ਬੰਦੇ ਇਤਰੋ ਹੁੰਦਾ ਹਜੇ ਟੈਕਨੀਕਲੀ ਸਾਊਂਡ ਕਰਨਾ ਇਹਨੂੰ ਕਰੈਕਟ ਚੰਗੀ ਤਰ੍ਹਾਂ ਤੇ ਸੋ ਦਰਸ਼ਕੋ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਾਲ ਸਤਿ ਸ਼੍ਰੀ ਅਕਾਲ ਮਿਹਰਬਾਨੀ।